वाहेगुरु जी का खालसा वाहेगुरु जी की फतेह। अज पुन दुनिया च वसदे सिखां नूं यह एक खबर जिहड़ी तुहाडे नाल सांझी करनी है न्यूयॉर्क की धरती तों। साढ़े पिछे एक वो वड्डी बिल्डिंग जैविक सेंटर जिथे अज पंजाब दे कई लीडर कांग्रेस दे आए हुए सन, जिन्हां दे विच सेंटर तों जिहड़ा राहुल गांधी आ कांग्रेस पार्टी दा ਉਹ ਵੀ ਆਇਆ ਹੋਇਆ ਸੀ। ਉਹਨੂੰ ਕੈਲੀਫੋਰਨੀਆ ਦੇ ਵਿੱਚ ਵੀ ਸਿੰਘਾਂ ਨੇ ਜਵਾਬ ਦਿੱਤਾ, ਅੱਜ ਨਿਊਯਾਰਕ ਦੇ ਵਿੱਚ ਵੀ ਸਿੰਘਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ। ਅੱਜ ਐਸੇ ਜਗ੍ਹਾ ਦੇ ਉੱਤੇ ਰਾਜਾ ਵੜਿੰਗ ਸਿੰਘਾਂ ਨੂੰ ਟੱਕਰ ਗਿਆ ਤੇ ਰਾਜੇ ਵੜਿੰਗ ਨੂੰ ਨਾਲ ਜਦੋਂ ਸਵਾਲ ਜਵਾਬ ਹੋਣ ਲੱਗੇ, ਕਿਉਂਕਿ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਹਮੇਸ਼ਾ ਜ਼ਹਿਰ ਉਗਲਦਾ ਆ, ਤਾਂ ਅੱਜ ਉਹਨੂੰ ਜਦੋਂ ਸਵਾਲ ਜਵਾਬ ਹੋਣ ਲੱਗੇ ਤਾਂ ਉਹ ਜਿਸ ਤਰੀਕੇ ਨਾਲ ਧੁੰਮ ਦਮਾ ਕੇ ਗੱਡੀ ਦੇ ਵਿੱਚ ਭੱਜਿਆ, ਤਾਂ ਰੈੱਡ ਲਾਈਟ ਤੇ ਅਮਰੀਕਾ ਦਾ ਇਹ ਕਾਨੂੰਨ ਆ ਕਿ ਰੈੱਡ ਲਾਈਟ ਤੇ ਰੁਕਣਾ ਆ। ਇੰਡੀਆ ਦਾ ਮੈਨੂੰ ਪਤਾ ਨਹੀਂ, ਪਰ ਉਹ ਰੈੱਡ ਲਾਈਟ ਤੇ ਵੀ ਰੁਕਿਆ ਨਹੀਂ। ਉਹ ਡਰਦਾ ਸਿੰਘਾਂ ਦੇ ਛਤਰਾਂ ਤੋਂ ਰੈੱਡ ਲਾਈਟ ਵੀ ਕ੍ਰੋਸ ਕਰ ਗਿਆ। ਸੋ ਅੱਜ ਇਹ ਮੈਸੇਜ ਅਮਰੀਕਾ ਦੇ ਸਿੱਖਾਂ ਵੱਲੋਂ ਨਿਊਯਾਰਕ ਦੇ ਸਪੈਸ਼ਲੀ ਅਸੀਂ ਦੇਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ, ਪੰਜਾਬ ਦੀ ਪਾਰਟੀਆਂ ਨੂੰ ਜਿਹੜੇ ਸਿੱਖਾਂ ਦੇ ਖਿਲਾਫ ਭੁਗਤਦੇ ਆ, ਸਿੱਖਾਂ ਦੀ ਨੌਜਵਾਨੀ ਦੇ ਝੂਠੇ ਕੇਸ ਪਾਉਂਦੇ ਆ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਆ ਤਾਂ ਉਹ ਉਸ ਦੇ ਖਿਲਾਫ ਭੁਗਤਦੇ ਆ। ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰ ਦੋ, ਬਾਜ ਆਓ, ਨਹੀਂ ਤਾਂ ਤੁਹਾਨੂੰ ਇਸੇ ਤਰ੍ਹਾਂ ਨਿਊਯਾਰਕ ਦੀ ਧਰਤੀ ਤੇ ਹੀ ਨਹੀਂ ਪੂਰੇ ਡਾਇਸਪੋਰਾ ਦੇ ਵਿੱਚ ਘੇਰਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।